ਹੈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਸਮੇਂ ਆਪਾਂ ਸਾਰੀ ਸੰਗਤਾਂ ਦੇਖ ਰਹੇ ਹਾਂ ਕਿ ਸਿੱਖ ਸੰਗਤ ਟੀਵੀ ਰਾਹੀਂ, ਔਰ ਇੱਕ ਬਹੁਤ ਹੀ ਘਟਨਾ ਮੰਦਭਾਗੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਕੁਛ ਸਿੰਘ ਨੇ, ਨਕਲੀ ਸਿੰਘ ਕਿਹਾ ਜਾਂਦਾ ਹੈ ਕਿ ਉਹ ਗੁਰੂ ਮਹਾਰਾਜ ਦਾ ਸਰੂਪ ਲੈ ਕੇ, ਇਸ ਸਾਰੀ ਘਟਨਾ ਦੇ ਚੰਗੀ ਤਰ੍ਹਾਂ ਵਿਸਤਾਰ ਨਹੀਂ ਜਾਣਨ ਲਈ ਸਾਡੇ ਨਾਲ ਇਸ ਟਾਈਮ ਸਰਦਾਰ ਬੋੜ ਸਿੰਘ ਜੀ ਕੁਰਸ਼ੇਤਰ ਤੋਂ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਫਤਿਹ ਜੀ ਸਾਂਝ ਪਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਆਪ ਜੀ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਔਰ ਇੱਕ ਫੋਟੋ ਭਾਈ ਸਾਹਿਬ ਦੀ ਪਾਈ ਗਈ ਸੀ, ਔਰ ਇੱਕ ਆਡੀਓ ਦੇ ਵਿੱਚ ਵੀ ਇਹ ਮੈਸੇਜ ਲਾਇਆ ਗਿਆ ਸੀ ਸੰਗਤਾਂ ਨੂੰ ਕਿ ਕੁਰਸ਼ੇਤਰ ਦੇ ਵਿੱਚ ਕੋਈ ਜਗ੍ਹਾ ਜਿੱਥੇ ਗੁਰੂ ਘਰ ਸੀ ਤੇ ਉੱਥੋਂ ਗੁਰੂ ਮਹਾਰਾਜ ਦੇ ਸਰੂਪ ਨੂੰ ਕੋਈ ਬੰਦੇ ਜਿਹੜੇ ਨੇ ਤੇ ਡਿਵੈਲਪ ਦੱਸਿਆ ਗਿਆ ਵੀ ਨਕਲੀ ਨਿਹੰਗ ਬਣ ਕੇ ਲੈ ਗਏ। ਇਹ ਮਾਮਲਾ ਕੀ ਹੈ ਸਾਰਾ, ਇਹ ਸੰਗਤਾਂ ਨੂੰ ਜ਼ਰੂਰ ਦੱਸੋ ਜੀ ਖੁੱਲ੍ਹ ਕੇ, ਇਹ ਕਿੱਥੋਂ ਦੀ ਘਟਨਾ? ਇਹ ਮਾਮਲਾ ਇਸ ਤਰ੍ਹਾਂ ਜੀ, ਜ਼ਿਲ੍ਹਾ ਕੁਰਸ਼ੇਤਰ ਪਿੰਡ ਹਸਨਪੁਰ ਜੋ ਕੋਲਨਾ ਇੱਕ ਰਾਮ ਨਗਰ ਡੇਰਾ ਹੈ ਜੀ, ਉੱਥੇ ਸਹਿਜਧਾਰੀ ਸਿੱਖ ਨੇ, ਠੀਕ ਹੈ ਜੀ, ਤੇ ਉਹਨਾਂ ਗੁਰਦੁਆਰਾ ਬਣਾਇਆ, ਬੜਾ ਸੋਹਣਾ ਗੁਰਦੁਆਰਾ, ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਥੇ ਉਹ ਦੋ ਟਾਈਮ ਸੇਵਾ ਕਰਦੇ ਨੇ, ਨਿਤਨੇਮ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਠੀਕ ਹੈ ਜੀ। ਇਹ ਜਿਹੜੇ ਬੰਦੇ ਆਏ ਨੇ ਨਾ, ਪੰਜ ਬੰਦੇ ਆਏ ਨੇ ਗੱਡੀ ਲੈ ਕੇ ਆਏ ਨੇ, ਇਹਨਾਂ ਵਿੱਚੋਂ ਇੱਕ ਬੰਦਾ ਹਿੰਗਾ ਖੇੜੀ ਦਾ ਹੈ। ਇਹ ਹਿੰਗਾ ਖੇੜੀ ਹਰਿਆਣੇ ਜੀ ਪੈਂਦਾ ਜੀ? ਇਹ ਹਿੰਗਾ ਖੇੜੀ ਕੁਰਸ਼ੇਤਰ ਜ਼ਿਲ੍ਹੇ 'ਚ ਪੈਂਦਾ ਹੈ, ਠੀਕ ਹੈ ਜੀ, ਮਤਲਬ ਚਾਂਸਾ ਥਾਣੇ ਦੇ ਵਿੱਚ ਆਉਂਦਾ ਹਿੰਗਾ ਖੇੜੀ, ਠੀਕ ਹੈ। ਤੇ ਇਹ ਜਿਹੜਾ ਜਿਹੜਾ ਹਸਨਪੁਰ ਕੋਲ ਪਿੰਡ, ਇਹ ਵੀ ਝਾਂਸੇ ਥਾਣੇ 'ਚ ਪੈਂਦਾ ਤੇ ਹਿੰਗਾ ਖੇੜੀ ਵੀ ਉਹ 'ਚ ਪੈਂਦਾ? ਇਹ ਵੀ ਝਾਂਸੇ ਥਾਣੇ 'ਚ ਪੈਂਦੇ ਨੇ ਜੀ ਜੀ ਜੀ, ਦੋਵਾਂ ਥਾਣੇ ਜੀ। ਤੇ ਉਹ ਬੰਦੇ ਆਏ ਇਹਦੇ ਕੋਲ, ਹਿੰਗਾ ਖੇੜੀ ਵਾਲੇ ਕੋਲ, ਇਹਨੂੰ ਨਾਲ ਲੈ ਕੇ ਇਹਨੂੰ ਭੇਤ ਸੀ ਹਿੰਗਾ ਖੇੜੀ ਵਾਲੇ ਨੂੰ ਵੀ ਇਹ ਸਹਿਜਧਾਰੀ ਸਿੰਘਾਂ ਨੇ ਗੁਰਦੁਆਰਾ ਬਣਾਇਆ ਹੋਇਆ ਤੇ ਇੱਥੇ ਨਿਸ਼ਾਨ ਸਾਹਿਬ ਨਹੀਂ ਸੀਗਾ ਵਾ। ਅੱਛਾ, ਹਿੰਗਾ ਖੇੜਾ ਵਾਲਾ ਉਹੀ ਸਿੰਘ ਹੈ ਜਿਹਦੀ ਫੋਟੋ ਦੇ ਉੱਤੇ ਗੋਲ ਸਰਕਲ ਮਾਰਿਆ ਹੋਇਆ ਹੈ? ਨਿਹੰਗਾਂ ਵਾਲੇ ਕੱਪੜੇ ਪਾਏ ਹੋਏ ਨੇ, ਜੇ ਨਿਹੰਗ ਕਦੋਂ ਬਣੇ ਵੀ ਨੇ, ਕਦੋਂ ਜੇ ਅੰਮ੍ਰਿਤ ਛਕਿਆ ਵੀ ਤੇ ਉਹਨਾਂ ਨਿਭਾਇਆ ਕੋਣੀ, ਉਹ ਠੱਗੀਆਂ ਤੇ ਹੋ ਗਏ ਨੇ, ਗੁੰਡਾਗਰਦੀ ਤੇ ਹੋ ਗਏ ਨੇ ਜੀ ਜੀ। ਉਹਨਾਂ ਆਣ ਕੇ ਉਹਨਾਂ ਨੂੰ ਇਹ ਗੱਲ ਆਖੀ ਵੀ ਤੁਸੀਂ ਨਿਸ਼ਾਨ ਸਾਹਿਬ ਨੀ ਲਾਇਆ ਤੇ ਸਾਨੂੰ ਉੱਤੋਂ ਆਰਡਰ ਆਇਆ, ਇੱਕ ਨਾ ਸਲਿੱਪ ਜੀ ਬਣਾਈ ਫਿਰਦੇ ਹਨ, ਡੁਪਲੀਕੇਟ ਸਲਿੱਪ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਵੀ ਹੈਗੀ, ਸਤਿਕਾਰ ਕਮੇਟੀ ਦੇ ਨਾਲ ਕੋਈ ਰਜਿਸਟ੍ਰੇਸ਼ਨ, ਸਤਿਕਾਰ, ਹਾਂ ਸਤਿਕਾਰ ਕਮੇਟੀ ਦਾ ਸਾਨੂੰ ਆਰਡਰ ਹੈ ਵੀ ਤੁਸੀਂ ਜਾ ਕੇ ਉੱਥੋਂ ਗੁਰੂ ਗ੍ਰੰਥ ਸਾਹਿਬ ਲੈ ਆਵੋ ਜੀ ਜੀ, ਉੱਥੇ ਅਦਬ ਸਤਿਕਾਰ ਨਹੀਂ ਹੋ ਰਿਹਾ। ਜਦੋਂ ਕਿ ਇਹੋ ਜਿਹੀ ਗੱਲ ਹੈਗੀ ਸੀ ਤੇ ਇਲਾਕੇ ਨੂੰ ਬੁਲਾਉਣਾ ਚਾਹੀਦਾ ਸੀ ਨਾ, ਦੋ ਚਾਰ ਜਿਹੜੇ ਉੱਥੋਂ ਦੇ ਮੌਜੂਦ ਬੰਦੇ ਸਨ ਹਸਨਪੁਰ ਦੇ ਬੁਲਾ ਲੈਂਦੇ, ਕਿਸੇ ਹੋਰ ਬਖਤਲਾ ਪਿੰਡ ਮੇਰਾ ਇੱਥੇ ਨੇੜੇ ਸਾਨੂੰ ਬੁਲਾ ਲੈਂਦੇ ਜੀ ਜੀ। ਉਹ ਸਿੱਧੇ ਆਏ ਨੇ, ਉਹਨਾਂ ਦੇ ਘਰ ਆਏ ਨੇ, ਉਹਨਾਂ ਨੇ ਕਿਹਾ ਵੀ ਇਹ ਗਲਤ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਲੈ ਜਾਣੇ ਨੇ। ਉਹਨਾਂ ਤਰਲਾ ਮੁਕਤ ਕੀਤਾ ਵੀ ਤੁਸੀਂ ਇਵੇਂ ਨਾ ਕਰੋ ਸਾਡੇ ਨਾਲ, ਉਹਨਾਂ ਕਿਹਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ, ਅਸੀਂ ਲੈ ਕੇ ਜਾਣੇ ਨੇ, ਜਾਂ ਫਿਰ 10,000 ਰੁਪਇਆ ਦਿਓ। 10,000 ਕਿਸ ਚੀਜ਼ ਦਾ ਮੰਗ ਰਹੇ ਸੀ? 10,000 ਜੀ, ਨਹੀਂ ਅਸੀਂ ਨਾ 2-4 ਦਿਨ ਬਾਅਦ ਆਵਾਂਗੇ, ਤੁਹਾਡੇ ਘਰ ਨਿਸ਼ਾਨ ਸਾਹਿਬ ਲਾ ਦਾਂਗੇ। ਅੱਛਾ, ਜਿਹੜਾ 10,000 ਉਹ ਦੇਣਗੇ ਉਹਦਾ ਨਿਸ਼ਾਨ ਸਾਹਿਬ ਲਾਵਾਂਗੇ? ਜੀ ਜੀ, ਤੇ ਨਿਸ਼ਾਨ ਸਾਹਿਬ ਲਾਉਣਾ ਲੂਣਾ ਕੋਈ ਸੀ, ਉਹ ਤਾਂ ਐਵੇਂ ਬਸ ਉਹ ਠੱਗ ਸਾਣਾ। ਅੱਛਾ ਜੀ, ਉਹਨਾਂ 5,000 ਦੇ ਦਿੱਤਾ, 5,000 ਦੀ ਗੱਲ ਉਹਨਾਂ ਆਖਿਆ ਵੀ ਸਾਨੂੰ 1-2 ਦਿਨਾਂ ਨੂੰ ਦੇ ਦਿਆਂਗੇ ਹੋਰ। ਤੇ ਮਹਾਰਾਜ ਦਾ ਸਰੂਪ ਛੱਡ ਗਏ ਸੀ ਜਾਂ ਲੈ ਗਏ ਸੀ ਨਾਲ ਜੀ? ਮਹਾਰਾਜ ਦਾ ਸਰੂਪ, ਦੋਵੇਂ ਮਹਾਰਾਜ ਦੇ ਸਰੂਪ ਲੈ ਗਏ ਤੇ ਲੈ ਕੇ ਵੀ ਗਏ ਗੋਡਿਆਂ ਉੱਤੇ ਬਿਰਾਜਮਾਨ ਕਰਕੇ ਗੁਰੂ ਸਾਹਿਬ ਨੂੰ। ਅੱਛਾ, ਗੋਡਿਆਂ ਦੇ ਮਤਲਬ ਕੋਈ ਵੱਖਰੀ ਪਾਲਕੀ ਸਾਹਿਬ ਨਹੀਂ ਲੈ ਕੇ ਆਏ ਨਾਲ? ਨਾ, ਕੋਈ ਪਾਲਕੀ ਸਾਹਿਬ ਨਹੀਂ, ਕੋਈ ਕੁਛ ਨਹੀਂ। ਅੱਛਾ ਜੀ, ਤੇ ਉਹ ਲੈ ਗਏ ਜਦੋਂ ਉਹਨਾਂ ਫਿਰ ਗੱਲਬਾਤ ਕੀਤੀ ਹੈਗਾ ਹੋਰ 1-2 ਬੰਦਿਆਂ ਨਾਲ, ਗੱਲ ਨਿਕਲਦੀ ਨਿਕਲਦੀ ਹੈਗਾ ਨਿਕਲ ਗਈ ਜੀ ਜੀ।
ਤੇ ਗੱਲ ਫਿਰ ਥਾਣੇ ਤੱਕ ਪਹੁੰਚ ਗਈ। ਪਰਸੋਂ ਚੌਥੇ ਇਹ ਫਿਰ ਜਾ ਕੇ ਉਹ ਆਪਣੀ ਰਪਟ ਦੇ ਕੇ ਆਏ ਨੇ ਜੀ। ਤੇ ਥਾਣੇਦਾਰ ਨੇ, ਪੁਲਿਸ ਨੇ, ਮਤਲਬ ਜਿਹੜਾ SHO ਸੀ ਉਹਨੇ ਕੱਲ ਦਾ ਟਾਈਮ ਦਿੱਤਾ ਸੀ। ਕੱਲ 4 ਵਜੇ ਅਸੀਂ ਇਕੱਠੇ ਹੋਏ ਉੱਥੇ ਜੀ, ਚਾਸਾ ਥਾਣਾ ਸਲਪਾਣੀ ਅੱਡੇ ਤੇ ਗਏ ਉਹ। ਹਾਂਜੀ ਬਿਲਕੁਲ ਬਿਲਕੁਲ ਜੀ। ਤੇ ਉੱਥੇ ਅਸੀਂ ਗਏ, ਜਿਹੜਾ ਹੈਗਾ ਸੀ ਨਾ ਇਹ ਆਪਣਾ ਚਿੰਗਾ ਖੇੜੀ ਵਾਲਾ, ਇਹ ਤਾਂ ਉੱਥੇ ਆ ਗਿਆ। ਠੀਕ ਹੈ। ਤੇ ਦੂਜੇ ਪੰਜਾਬ ਦੇ ਸਨ। ਅੱਛਾ ਜੀ। ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਕੌਣ ਹੁੰਦੇ ਜੇ ਤੁਸੀਂ ਪੰਜਾਬ ਵਾਲਿਆਂ ਨੂੰ ਕਿੰਨੇ ਸੂਹ ਦਿੱਤੀ ਹੈ, ਵੀ ਹਿੰਗਾ ਖੇੜੀ ਵਾਲਿਆ ਤੂੰ ਹੀ ਦਿੱਤੀ ਹੈ। ਠੀਕ ਗੱਲ ਹੈ। ਤੁਸੀਂ ਪੈਸੇ ਇਕੱਠੇ, ਜੇ ਉਹ 10,000 ਦੇ ਦਿੰਦੇ ਨਾ ਫਿਰ ਇਹਨੇ ਗੁਰੂ ਗ੍ਰੰਥ ਸਾਹਿਬ ਨੀ ਸੁਣ ਲਜਾਣੇ। ਅੱਛਾ ਜੀ। ਉਹ 5,000 ਇਹਨਾਂ ਵੰਡ ਲਿਆ। ਤੇ ਫਿਰ ਕੱਲ ਜਦੋਂ ਉਹ ਗੱਲ ਮੁੱਕੀ ਵੀ ਉਹ ਨੀ ਆਏ, ਤੇ SHO ਨੇ ਕਿਹਾ ਵੀ ਉਹਨਾਂ ਨੂੰ ਮੰਗਵਾ, ਅੱਜ 3 ਵਜੇ ਦਾ ਟਾਈਮ, ਅੱਜ ਹੁਣ ਉੱਥੇ ਇਕੱਠੇ ਹੁੰਦੇ ਪਏ ਨੇ। ਠੀਕ ਹੈ। ਚਾਸਾ ਥਾਣੇ ਦੇ ਵਿੱਚ ਸੰਗਤ ਸਾਰੀ ਇਕੱਠੀ ਹੁੰਦੀ ਪਈ ਏ। ਮੈਂ ਪੁੱਛਣਾ ਚਾਹੁੰਦਾ ਜੀ ਵੋਟ ਸਿੰਘ ਜੀ, ਜੇ ਸਤਿਕਾਰ ਕਮੇਟੀ ਹਰਿਆਣੇ 'ਚ ਵੀ ਹੈਗੀਆਂ ਨੇ, ਹਰਿਆਣਾ ਕਮੇਟੀ ਵੀ ਹੈ, ਹੋਰ ਬੜਾ ਜਿਹੜੇ ਅਦਾਰੇ ਨੇ, ਹੋਰ ਜਥੇਬੰਦੀਆਂ ਨੇ, ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹਿੰਗਾ ਖੇੜੇ ਵਾਲੇ ਨੇ ਵੀ ਜਿਹੜਾ ਉਹਨਾਂ ਪੰਜਾਬ ਨੇ ਛੱਡਿਆ? ਕੋਈ ਸੰਪਰਕ ਨਹੀਂ ਕੀਤਾ। ਇਹ ਠੱਗ ਨੇ, ਮੈਂ ਦੱਸਣਾ ਫਿਰ ਤੁਹਾਨੂੰ ਠੱਗ। 10 ਰੁਪਇਆ, 10,000 ਰੁਪਇਆ ਕਿਸ ਚੀਜ਼ ਦਾ ਮੰਗਿਆ? 5 ਲੈ ਗਏ, 5 ਰਹਿ ਗਿਆ, ਕਿਸ ਚੀਜ਼ ਦਾ ਮੰਗਿਆ ਉਹਨਾਂ? ਇਹ ਤਾਂ ਗੱਲ, ਇਹ ਤਾਂ ਬਾਕੀ ਜੀ ਜੀ। ਤੇ ਮੈਨੂੰ ਤਾਂ ਫਿਰ ਕਹਿਣਾ ਪਿਆ ਉਹਨੂੰ, ਧੱਤ ਮਕੌੜਾ ਜਿਹਾ ਸੀ ਉਹ ਜਿਹੜਾ, ਮੈਂ ਕਿਹਾ ਤੂੰ ਵਰਦੀ ਨੂੰ ਆ ਜਿਹੜਾ ਬਾਣਾ ਹੈ ਨਾ, ਬਾਣੇ ਨੂੰ ਲਾਜ ਲਾਈਏ, ਤੂੰ ਸਿੱਖ ਨਹੀਂ ਹੈਗਾ ਜੀ ਜੀ। ਮੈਂ SHO ਨੂੰ ਵੀ ਕਿਹਾ, ਮੈਂ ਕਿਹਾ ਜੀ ਇਹ ਸਿੱਖ ਨਹੀਂ ਹੈਗਾ, ਇਹਨੂੰ ਅੰਦਰ ਡੱਕੋ, ਇਹਨੂੰ ਲੰਮਾ ਪਾਓ, ਸਾਰਾ ਕੁਝ ਦੱਸ ਦੇਗਾ। ਉਹਨਾਂ ਕਿਹਾ ਵੀ ਚਲੋ ਤੁਸੀਂ 1 ਦਿਨ ਹੋਰ ਦਿਓ, ਤੇ ਜੇ ਉਹ ਨਾ ਆਏ, ਪੰਜਾਬ ਵਾਲੇ ਨਾ ਆਏ, ਤੇ ਫਿਰ ਮੁਕੱਦਮਾ ਦਰਜ ਕਰਾਂਗੇ, ਫਿਰ ਜਿਵੇਂ ਅੱਗਾਂ ਹੋਵੇਗੀ। ਤੇ ਤੁਸੀਂ ਕੀ ਹੁਣ ਮੰਗ ਕਰਦੇ ਹੋ? ਚਲੋ ਤੁਸੀਂ ਤਾਂ ਕੁਰਕਸ਼ੇਤਰ ਦੇ ਰਹਿਣ ਵਾਲੇ ਹੋ, ਹਰ ਸਿੱਖ ਮੁੱਦੇ ਦੇ ਉੱਤੇ ਆਪਣੇ ਹਰ ਜਗ੍ਹਾ ਪਹੁੰਚਦੇ ਹੋ, ਕਿ ਮਹਾਰਾਜ ਦਾ ਸਰੂਪ ਉਹਨਾਂ ਨੂੰ ਦੇ ਦੇਣੇ ਚਾਹੀਦੇ ਨੇ ਵਾਪਸ? ਨਹੀਂ ਵੇਖੋ, ਸਰੂਪ ਤਾਂ ਵਾਪਸ ਦੇ ਦੇਣੇ ਚਾਹੀਦੇ ਨੇ, ਉਹ ਰੋਕ ਨਹੀਂ ਸਕਦੇ, ਉਹ ਤਾਂ ਲੈ ਲੈਣੇ ਨੇ ਉਹਨਾਂ ਕੋਲ ਸਰੂਪ ਤਾਂ ਜੀ ਜੀ ਜੀ। ਪਰ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਾਹਦੇ ਪੈਸੇ ਉੱਥੋਂ 10,000 ਰੁਪਇਆ ਉਹ 5 ਲੈ ਵੀ ਆਏ ਜੀ ਜੀ, ਫਿਰ ਮਤਲਬ 5 ਪਿੱਛੇ ਰਹਿ ਗਿਆ। ਤੁਸੀਂ ਆਪ ਉਸ ਜਗ੍ਹਾ ਦੇ ਉੱਤੇ ਜਾ ਕੇ ਆਏ ਹੋ, ਤੁਸੀਂ ਉਹਨਾਂ ਦੇ ਜਿਹੜੇ ਸੇਵਾ ਕਰਦੇ ਨੇ ਵੀਰ, ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਮਤਲਬ ਸੇਵਾ ਨਿਭਾਉਂਦੇ ਨੇ, ਉਹਨਾਂ ਦਾ ਤੁਸੀਂ ਜਗ੍ਹਾ ਆਪ ਦੇਖੀ ਵੀ ਉਹ ਠੀਕ ਕਰ ਰਹੇ ਨੇ ਕਿਵੇਂ? ਮੈਂ ਦੇਖੀ ਨੀ, ਪਰ ਹੁਣ ਕੱਲ ਟਾਈਮ ਨੀ ਸੀ ਹੈਗਾ, ਕੱਲ ਲੇਟ, ਮਤਲਬ ਅਸੀਂ ਉੱਥੋਂ 6 ਵਜੇ ਤੋਂ ਬਾਅਦ ਨਿਕਲਿਆ ਚਾਸਾ ਥਾਣੇ ਤੋਂ ਜੀ। ਤੇ ਅੱਜ ਹੁਣ ਮੈਨੂੰ ਕਿਤੇ ਕੰਮ ਸੀ, ਮੈਂ ਹੁਣ ਪੰਜਾਬ ਵਿੱਚ ਆ, ਕੱਲ ਨੂੰ ਮੈਂ ਲੈ ਕੇ ਨਾਲ 1-2 ਆਦਮੀ ਜਾ ਕੇ ਦੇਖ ਕੇ ਆਵਾਂਗਾ। ਵੀਡੀਓ ਵਿੱਚ, ਵੀਡੀਓ ਉਹਦੀ ਇੱਕ ਆਈ ਏ, ਉਹਦੇ ਚ ਸੋਹਣਾ ਗੁਰਦੁਆਰਾ ਦਿਸ ਰਿਹਾ। ਅੱਛਾ ਅੱਛਾ, ਮਤਲਬ ਤੁਹਾਡੇ ਹਿਸਾਬ ਨਾਲ ਲੰਮੇ ਸਮੇਂ ਤੋਂ ਸੇਵਾ ਸੰਭਾਲ ਰਹੇ, ਉਦੋਂ ਤੱਕ ਕੋਈ ਦਿੱਕਤ ਨਹੀਂ ਆਈ, ਤੇ ਅਚਾਨਕ ਜਿਹੜੀ ਮੇਰੇ ਇਸ ਤਰ੍ਹਾਂ ਦਿਮਾਗ 'ਚ ਆਉਂਦੀ ਗੱਲ ਵੀ ਚਲੋ ਕਮੀਆਂ ਹਰ ਬੰਦੇ ਵਿੱਚ ਨੇ, ਜੇ ਉਹਨਾਂ ਦੀ ਕੋਈ ਕਮੀ ਹੈ ਤੇ ਸਾਡਾ ਆ ਕੇ ਜਾ ਕੇ ਉਹਨੂੰ ਦੱਸੀਏ ਵੀ ਆਹ ਕਮੀ ਹੈ, ਇਹਨੂੰ ਪੂਰੀ ਕਰ ਲਓ ਜੀ ਜੀ। ਇਹ ਪੈਸੇ ਨੇ, ਤੁਹਾਨੂੰ ਡਾਊਟ ਉੱਥੇ ਹੋਇਆ ਵੀ ਜਦੋਂ ਉਹਨਾਂ 10,000 ਦੀ ਡਿਮਾਂਡ ਕੀਤੀ? ਹਾਂ ਹਾਂ, ਸਾਨੂੰ ਡਾਊਟ ਉੱਥੇ ਹੋਇਆ ਜਦੋਂ ਉਹਨਾਂ 10,000 ਦੀ ਡਿਮਾਂਡ ਕੀਤੀ ਜੀ ਜੀ ਜੀ। ਤੇ ਲੈ ਵੀ ਗਏ 5,000 ਰੁਪਇਆ? ਤੇ 5,000 ਲੈ ਵੀ ਗਏ, ਤੇ 5,000 ਬਾਕੀ ਦਾ ਵੀ ਟਾਈਮ ਲੈ ਗਏ ਵੀ ਫਲਾਣੇ ਦਿਨ ਦਿਆਂਗੇ ਜੀ ਜੀ। ਇਹ ਨਾ ਪਹਿਲਾਂ ਵੀ 1-2 ਵਾਰਾਂ ਮੇਰੀ ਗੱਲ ਇਹਨਾਂ ਨਿਹੰਗਾਂ ਨਾਲ ਹੋਈ ਏ, ਇਹ ਘਰ ਘਰ ਮੰਗਦੇ ਫਿਰਦੇ ਨੇ, ਕੋਈ 20 ਦੇ ਦੇਵੇ ਇਹਨਾਂ ਨੂੰ, ਕੋਈ 10 ਦੇ ਦੇਵੇ, ਕੋਈ ਮੰਗਦੇ 1100 ਨੇ ਤੁਹਾਡੇ ਨਾਂ ਦੀ, ਅਨੰਦਪੁਰ ਸਾਹਿਬ ਉੱਥੇ ਅਰਦਾਸ ਕਰਾ ਦਿਆਂਗੇ, ਹਰਿਮੰਦਰ ਸਾਹਿਬ ਤੁਹਾਡੀ ਅਰਦਾਸ ਕਰਾ ਦਿਆਂਗੇ ਪ੍ਰਸ਼ਾਦ ਦੀ, 1100 ਮੰਗਦੇ ਨੇ, ਕੋਈ ਕੋਈ ਜਿਹੜਾ ਉਹ ਜਿਹਾ ਕੋਈ 500 ਵੀ ਦੇ ਦਿੰਦਾ।
ਕਹਿਣ ਤੋਂ ਭਾਵ ਵੀ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਹ ਗਲਤ ਹਾਂਜੀ ਤਰ੍ਹਾਂ ਦੇ ਕੰਮ ਕਰ ਰਹੇ, ਔਰ ਦੂਜੀਆਂ ਜਿਹੜੇ ਜਥੇਬੰਦੀ ਉਹਨਾਂ ਨੂੰ ਵੀ ਧਾਲ ਆ ਰਹੇ ਨੇ ਸਿੱਖੀ ਦੀ। ਡੁਪਲੀਕੇਟ ਨਿਹੰਗ ਜਿਹੜੇ ਨੇ ਅਸਲੀ ਨਿਹੰਗਾਂ ਦੇ ਤੇ ਪੈਰ ਧੋ ਕੇ ਵੀ ਪੀ ਲਈ ਇਹਨਾਂ ਤੋਂ ਵੀ ਘੱਟ ਨੇ ਜਿਹੜੇ ਅਸਲੀ ਨਿਹੰਗ ਸਿੰਘ ਨੇ। ਜੀ 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 ਇਹ ਡੁਪਲੀਕੇਟ ਬਦਨਾਮ ਸਿੱਖੀ ਕੌਮ ਨੂੰ ਵੀ ਕਰਦੇ ਪਏ ਨੇ ਤੇ ਨਿਹੰਗਾਂ ਨੂੰ ਵੀ ਬਦਨਾਮ ਕਰਦੇ ਪਏ ਨੇ। ਤੇ ਮੈਂ ਇੱਕ ਗੱਲ ਹੋਰ ਵੀ ਪੁੱਛਣਾ ਚਾਹੁੰਦਾ, ਜਿਵੇਂ ਇਹ ਘਟਨਾ ਵਾਪਰੀ ਹੈ 2-4 ਦਿਨ ਪਹਿਲਾਂ ਸ਼ਾਮਗੜ੍ਹ ਕਰਨਾਲ ਵੀ ਘਟਨਾ ਵਾਪਰੀ, ਉੱਥੇ ਜਗਰਾਤੇ ਹੋਏ ਨੇ, ਤੁਸੀਂ ਇਹ ਤੁਸੀਂ ਤਾਂ ਦੇਖਦੇ ਹੋ ਕਿੱਦਾਂ ਹੋ ਕੇ ਲਗਾਤਾਰ ਜਿਹੜੀਆਂ ਹੋ ਰਹੀਆਂ ਨੇ ਔਰ ਕਾਰਵਾਈ ਕੋਈ ਨਹੀਂ ਹੋ ਰਹੀ, ਕਿਉਂਕਿ ਹਰਿਆਣਾ ਕਮੇਟੀਆਂ ਵੀ ਜਾਂ SGPC ਸਭ ਸੁੱਤੇ ਪਏ ਨੇ, ਇਹ ਕਰ ਕਿਉਂ ਨਹੀਂ ਰਹੇ ਜੀ? ਦੇਖੋ ਮੇਰੀ ਗੱਲ ਸੁਣੋ, ਸਿੰਚਾਈ ਬੋਲਣ ਲੱਗਾ ਔਰ ਪਬਲਿਕ ਤੱਕ ਗੱਲ ਜਾਏਗੀ, ਚੰਗੀ ਗੱਲ ਏ ਜੀ। ਮੈਨੂੰ ਕੱਲ ਵੀ ਬੋਲਣਾ ਪਿਆ ਵੀ ਸਿੱਖ ਹੀ ਕੋਣੀ ਹੈਗੇ, ਥੋੜੇ ਨੇ, ਠੀਕ ਹੈ ਜੀ, ਇਹੋ ਜਿਹੇ ਫੜਕਾਏ ਹੋਣ, 5-7 ਫੜਕਾਏ ਹੋਣ, ਇਹਨਾਂ ਸਮਝ ਨਾ ਆ ਜਾਏ। ਠੀਕ ਗੱਲ ਹੈ ਜੀ। ਮੈਂ ਮੇਰਾ ਇਰਾਦਾ ਸੀ, ਮੈਂ ਕੱਲ ਇਹ ਗੱਲ ਕੀਤੀ, ਮੈਂ ਅੱਜ ਇੱਕ ਬੰਦੇ ਨਾਲ ਗੱਲ ਕੀਤੀ, ਵਕੀਲ ਸੀ ਉਹ ਜੀ ਜੀ, ਮੈਂ ਕਿਹਾ ਵੀ ਮੈਂ ਨੀ ਬਰਦਾਸ਼ਤ ਕਰ ਸਕਦਾ, ਹੁਕਮ ਕਰ ਮੈਂ ਇਹਨਾਂ ਨੂੰ ਫੜਕਾ ਦੇਣਾ ਤੇ ਤੁਸੀਂ ਸੰਭਾਲ ਲਿਆ ਜੇ, ਫਿਰ ਕੇਸ ਕੁਸ ਲੜ ਲਿਆ ਜੇ। ਠੀਕ ਹੈ ਜੀ। ਚਲੋ ਉਹਨੇ ਮਨਾ ਕੀਤਾ ਵੀ ਨਹੀਂ ਨਹੀਂ ਐਵੇਂ ਨੀ ਕਰਨਾ ਜੀ ਜੀ। ਜਿਹੜਾ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾਉਂਦਾ ਹੈ, ਅਸੀਂ ਉਹਨੂੰ ਅਸੀਂ ਜੇਲਾਂ ਨੂੰ ਡਰੀਏ ਵੀ ਅਸੀਂ ਜੇਲ੍ਹ ਦੇ ਨਾਲ ਚਲੇ ਜਾਈਏ, ਕਿਸੇ ਹੋਰ ਤੋਂ ਡਰੀਏ? ਦੇਖੋ ਸਿੱਖ ਜਿਹੜੇ ਨੇ ਨਾ, ਮੇਰੇ ਹਿਸਾਬ ਦੇ ਨਾਲ ਕੋਈ 2-2%, 3% ਜਿਨ੍ਹਾਂ ਨੂੰ ਅਸੀਂ ਸਿੱਖ ਕਹਿ ਸਕਦੇ ਹਾਂ, ਅਸੀਂ ਅੰਮ੍ਰਿਤ ਵੀ ਛਕੇ ਹੋਏ ਨੇ, ਅਸੀਂ ਪਖੰਡੀਆਂ ਕੋਲ ਗੁੰਡਿਆਂ ਕੋਲ ਵੀ ਜਾਂਦੇ ਹਾਂ, ਅਸੀਂ ਸਾਡੀਆਂ ਧੀਆਂ ਭੈਣਾਂ ਨੌਜਵਾਨ ਅੰਮ੍ਰਿਤ ਛਕ ਕੇ ਉੱਤੋਂ ਦੀ ਪਾ ਕੇ ਗਾਤਰੇ ਤੇ ਪਖੰਡੀਆਂ ਕੋਲ ਜਾਂਦੀਆਂ ਨੇ। ਮੇਰੀ ਇਹ ਖਾਸ ਕਰਕੇ ਗੱਲ ਪਬਲਿਕ ਤੱਕ ਪਹੁੰਚਾਓ ਜੀ, ਤੇ ਇਹ ਕੰਮ ਜਿਹੜਾ ਸਿੱਖੀ ਦੇ ਵਿੱਚ ਚੱਲਦਾ ਪਿਆ ਤੇ ਸਿੱਖ ਹੀ ਕਰਦੇ ਪਏ ਨੇ, ਇਸ ਪਿੱਛੇ ਚਾਲ ਏ ਕਿਸੇ ਸਰਕਾਰ ਸਾਨੂੰ ਚਾਹੁੰਦੀ ਵੀ ਇਹੋ ਜਿਹੇ ਬੰਦੇ ਸਾਨੂੰ ਮਿਲਣ ਤੇ ਅਸੀਂ ਇਹਨਾਂ ਨੂੰ ਅੱਗੇ ਲਾ ਕੇ ਤੇ ਸਿੱਖੀ ਨੂੰ ਡਾਊਨ ਕਰੀਏ। ਦੇਖੋ ਜੀ ਪਿਛਲੇ ਲਗਾਤਾਰ ਘਟਨਾ ਵਾਪਰੀ, ਇੱਕ ਹਫਤੇ ਦੇ ਵਿੱਚ 2 ਘਟਨਾ ਤੁਸੀਂ ਕਹਿ ਰਹੇ, ਇੱਕ ਕੁਰਸ਼ੇਤਰ ਵਾਲੀ, ਇੱਕ ਕਰਨਾਲ ਸ਼ਾਮਗੜ੍ਹ ਵਾਲੀ, ਵੀ ਇੱਕ ਹਫਤੇ ਦੇ ਵਿੱਚ 2 ਇਲੈਕਸ਼ਨ ਦਾ ਟਾਈਮ ਚੱਲ ਰਿਹਾ ਤੇ ਕੋਈ ਬੰਦਾ ਐਕਸ਼ਨ ਲੈਣ ਨੂੰ ਅੱਗੇ ਤਿਆਰ ਨਹੀਂ। ਦੇਖੋ ਕਰਨਾਲ ਦੇ ਵਿੱਚ ਬਹੁਤ ਵੱਡੇ ਸੰਮੇਲਨ ਹੋਏ ਨੇ, ਕੋਈ ਬੰਦੇ ਨੇ ਅਜੇ ਤੱਕ, ਉਹ ਮੁੰਡਾ ਜਿਹੜਾ ਜਿਹਨੇ ਆਵਾਜ਼ ਚੱਕੀ ਸੀ ਆਪਣੀ ਸ਼ਾਮਗੜ੍ਹ ਦੇ ਵਿੱਚ, ਉਹ ਅਜੇ 4-5 ਦਿਨ ਹੋ ਗਏ ਘਰ ਨਹੀਂ ਵੜਿਆ, ਉਹਨੂੰ ਧਮਕੀਆਂ ਆ ਰਹੀਆਂ ਨੇ। ਡਰਦਾ ਘਰ ਨਹੀਂ ਵੜਿਆ, ਨਾਲੇ ਉਹਨਾਂ ਨੂੰ ਜਗ੍ਹਾ ਦਿੱਤੀ, ਜਗ੍ਹਾ ਦੇਣ ਵਾਲੇ ਵੀ ਗੁਨਾਹਗਾਰ ਨੇ। ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਡਰਾਮੇ ਨਹੀਂ ਹੋਣੇ ਚਾਹੀਦੇ ਜਿਹੜੇ ਉਹਨਾਂ ਦੇ ਦਿੱਤੇ ਨੇ, ਇਹ ਸਾਡੇ 'ਚ ਵੀ ਕਮੀ ਹੈ ਜੀ ਜੀ। ਅਸੀਂ ਨਾ ਹੁਣ ਕੀ ਆਖੀਏ, ਦਿਲ ਬਹੁਤ ਦੁਖੀ ਏ, ਇਰਦਾ ਬਹੁਤ ਦੁਖੀ ਏ, ਵੇਖਣ ਨੂੰ ਸਿੱਖਾਂ ਨਾਲ ਪਿੰਡਾਂ ਦੇ ਪਿੰਡ ਭਰੇ ਪਏ ਨੇ, ਬਾਜ਼ਾਰਾਂ 'ਚ ਜਾਈਏ ਬੜੇ ਸਿੱਖ ਦਿਸਦੇ ਨੇ, ਪਰ ਮੈਨੂੰ ਅਣਖ ਨਹੀਂ ਲੱਗਦੀ ਕਿਸੇ ਦੇ ਵਿੱਚ ਜੀ ਜੀ। ਤੇ ਸਾਡੀ ਇਹ ਗੁਰਗਤ ਜਿਹੜੀ ਦੁਰਗਤੀ ਹੁੰਦੀ ਪਈ ਨੇ, ਸਾਡੀ ਗਲਤੀ ਤੋਂ ਹੁੰਦੀ ਪਈ ਏ, ਤੇ ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਤੇ, ਅਸੀਂ ਸਿੱਖ ਬਣ ਸਕੀਏ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਸਿੱਖ ਬਣਨ ਤੋਂ ਪਹਿਲਾਂ ਆਪਾਂ ਬੰਦੇ ਬਣ ਜਾਈਏ, ਬੰਦੇ, ਠੀਕ ਹੈ ਜੀ। ਜਿੱਦਣ ਬੰਦੇ ਬਣ ਗਏ ਨਾ, ਫਿਰ ਅਸੀਂ ਅੰਮ੍ਰਿਤ ਛਕ ਲਿਆ ਤੇ ਉਹ ਵੀ ਨਿਭਾ ਦਿਆਂਗੇ ਜੀ ਜੀ। ਤੇ ਅਸੀਂ ਤਾਂ ਜੇ ਬੰਦੇ ਵੀ ਨਹੀਂ ਬਣੇ, ਸਿੱਖ ਹੈਗੇ ਨੇ, ਮੈਂ ਇਹ ਨਹੀਂ ਆਂਦਾ ਵੀ ਸਿੱਖ ਖਤਮ ਹੋ ਗਏ ਨੇ ਜੀ ਜੀ, ਸਿੱਖ ਹੈਗੇ ਨੇ ਪਰ ਉਹਨਾਂ ਦੀ ਗਿਣਤੀ ਘੱਟ ਹੈ, ਜਿਹੜੇ ਸਿੱਖ ਨੇ ਨਾ ਉਹਨਾਂ ਦੀ ਗਿਣਤੀ ਘੱਟ ਹੈ, ਸਾਡੇ ਵਰਗੇ ਬਹਿਰੂਪੀਆਂ ਦੀ ਗਿਣਤੀ ਜਿਹੜੀ ਬਹੁਤ ਜ਼ਿਆਦਾ ਹੈ। ਠੀਕ ਹੈ ਜੀ, ਨਹੀਂ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੇ ਆਪਣੇ ਵਿਚਾਰ ਨੇ ਸੰਗਤਾਂ ਤੱਕ ਰੱਖੇ ਨੇ, ਕਿਉਂਕਿ ਗੱਲ ਸੰਗਤਾਂ ਤੱਕ ਜਾਣੀ ਚਾਹੀਦੀ ਹੈ ਵੀ ਜਿਸ ਤਰ੍ਹਾਂ ਦੀ ਘਟਨਾਵਾਂ ਵਾਪਰੀਆਂ ਨੇ, ਸਰਕਾਰਾਂ ਬਿਲਕੁਲ ਵੀ ਇਸ ਵੱਲ ਸੋਚ ਨਹੀਂ ਰਹੀਆਂ, ਕੋਈ ਕਾਰਵਾਈ, ਦੇਖੋ ਇੱਕ ਚੀਜ਼ ਤੁਸੀਂ ਡਿਮਾਂਡ ਕੀਤੀ ਕਾਰਵਾਈ, ਉਹਦੇ ਵਾਸਤੇ ਵੀ ਤੁਹਾਨੂੰ ਧਰਨੇ ਲਾਉਣੇ ਪੈਂਦੇ ਨੇ, ਇਹ ਬਿਲਕੁਲ ਜਿਹੜੀ ਤੁਸੀਂ ਗੱਲ ਦੱਸੀ ਹੈ ਮੈਂ ਤੁਹਾਡਾ ਧੰਨਵਾਦ ਕਰਦਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁੱਦਾ ਹੋਇਆ ਆਪ ਜੀ ਨਾਲ ਫਿਰ ਦੁਬਾਰਾ ਗੱਲਬਾਤ ਕੀਤੀ ਜਾਏਗੀ। ਇੱਥੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।